ਇਹ ਕਮਲਪ੍ਰੀਤ ਸਿੰਘ ਮੇਰਾ ਭਤੀਜਾ ਜੀ, ਇੱਕ ਮਹੀਨਾ ਪਹਿਲਾਂ ਡੁਬਈ ਤੋਂ ਆਇਆ ਜੀ। ਡੁਬਈ ਸੀਗਾ ਟਰਾਲਾ ਚਲਾਉਂਦਾ, ਇਹਦਾ ਵਿਆਹ ਸੀਗਾ 7 ਜਨਵਰੀ ਨੂੰ ਇਹਦਾ ਵਿਆਹ ਹੋਇਆ ਸਿਮਰਨਜੀਤ ਪ੍ਰੀਤ ਕੌਰ ਲੜਕੀ ਦੇ ਨਾਲ। ਅਤੇ ਉਸ 3 ਦਿਨ ਹੋ ਰਹੀ ਹੈ ਸਾਡੇ ਕੋਲ ਇੱਥੇ, ਦੋ ਦਿਨ 7, 8 ਅਤੇ 9। ਅਤੇ ਉਸਦਾ ਕੋਈ ਦੂਜਾ ਪਹਿਲਾਂ ਕੋਈ ਸੰਬੰਧ ਸੀਗੇ ਪਹਿਲਾਂ ਵਿਆਹ ਤੋਂ ਲੜਕਿਆਂ ਦੇ ਨਾਲ, ਉਸ ਕਰਕੇ ਉਸਦੇ ਸਾਡੇ ਮੁੰਡੇ ਨੂੰ ਪਤਾ ਲੱਗਾ ਜੀ। ਉਹ ਬਹੁਤ ਟੈਨਸ਼ਨ 'ਚ ਆਇਆ, ਉਸਨੇ ਆਪਦੀ ਸੱਸ ਨੂੰ ਦੱਸਿਆ। ਸੱਸ ਨੇ ਉਹਨਾਂ ਨੇ ਗੱਲ ਨਹੀਂ ਸਮਝਿਆ ਗੱਲ ਕਿ ਉਹ ਆਪਦੀ ਨਾਲ ਲੈ ਗਏ ਲੜਕੀ ਨੂੰ। ਉਹ ਟੈਨਸ਼ਨ ਦੇ ਵਿੱਚ 18 ਤਰੀਕ ਨੂੰ ਗਿਆ ਆਪਦੇ ਸਹੁਰਿਆਂ ਦੇ ਪਿੰਡ, ਜਾ ਕੇ ਉਹਨਾਂ ਨੂੰ ਕਿਹਾ ਕਿ ਮੈਨੂੰ ਸਿਮਰਨ ਨੂੰ ਮੇਰੇ ਨਾਲ ਤੋਰੋ, ਪਰ ਉਹਨਾਂ ਨਹੀਂ ਤੋਰਿਆ। ਉਹਨੇ ਕਿਹਾ ਕਿ ਮੈਂ ਕੁਛ ਖਾ ਕੇ ਮਰ ਜਾਣਾ। ਉਹਨੇ ਖਾ ਕੇ ਤੂੰ, ਸੱਸ ਕਹਿੰਦੀ ਕਿ ਤੂੰ ਖਾ ਕੇ ਨਹੀਂ ਮਰ ਸਕਦਾ। ਉਹ 18 ਨੂੰ ਆਇਆ ਜੀ, ਆਣ ਕੇ ਇੰਨੇ ਉਦਾਸ ਸੀਗਾ, 19 ਨੂੰ ਉਹਨੇ ਲਵਾਸ ਦੀਆਂ ਗੋਲੀਆਂ ਖਾ ਲਈਆਂ। ਉਹ ਇਸ ਤਰ੍ਹਾਂ ਵਾ, ਕਮਲਪ੍ਰੀਤ ਸਿੰਘ ਸੀ ਮੁੰਡਾ ਮੰਦਰਾਂ ਦਾ ਜੀ, ਅਤੇ ਬੁਰਜ ਰਾਏ ਕਿ ਉਹ ਵਿਆਹ ਸੀ 7/7/21 ਨੂੰ ਉਹਦਾ ਵਿਆਹ ਮੈਰਿਜ ਹੋਈ ਸੀ। ਅਤੇ ਉਹਦੀ ਵਾਈਫ ਦੇ ਕਿਸੇ ਜਿਸੇ ਨਾਮ ਦੇ ਮੁੰਡਾ ਬੁਰਜੋਰ ਸਿੰਘ ਵਾਲੇ ਦਾ, ਉਹਦੇ ਨਾਲ ਉਹਦੇ ਰਿਲੇਸ਼ਨ ਸੀ। ਉਹਨੇ ਕਿਤੇ ਉਹਨਾਂ ਦੀਆਂ ਫੋਟੋਆਂ ਫਾਟੋਆਂ ਵੇਖ ਲਈਆਂ ਜਾਂ ਉਹਨੂੰ ਸ਼ੱਕ ਹੋ ਗਿਆ, ਇਸ ਕਰਕੇ ਉਹਨੇ ਮਤਲਬ ਆਪਦੀ ਦਵਾਈ ਪੀ ਕੇ ਜੀਵਨ ਲੀਲਾ ਖਤਮ ਕਰ ਲਈ। ਮ੍ਰਿਤਕ ਨੌਜਵਾਨ ਦੀ ਕਿੰਨੀ ਉਮਰ ਹੈ ਜੀ? 29 ਸਾਲ। 29 ਸਾਲ ਕਿਹੜਾ ਪਿੰਡ ਹੈ ਜੀ? ਪਿੰਡ ਮੰਦਰ ਜੀ। ਕਿੱਥੇ ਵਿਆਹ ਹੋਏ ਸੀਗੇ ਜੀ? ਰਾਏ ਕੇ ਬੁਰਜ ਪੱਟੀ, ਰਾਏ ਕੇ ਬੁਰਜ ਪੱਟੀ 'ਚ, ਤਰਨ ਡਿਸਟ੍ਰਿਕਟ ਤਰਨ ਤਾਰਨ 'ਚ। ਤੁਸੀਂ ਮਾਮਲਾ ਕਿਹਦੇ ਬਿਆਨਾਂ ਦੇ ਆਧਾਰ ਤੇ ਦੱਸ? ਇਹਦੇ ਮੁੰਡੇ ਦੇ ਚਾਚਾ ਜਸਵੀਰ ਸਿੰਘ, ਗੁਰਜੀਤ ਸਿੰਘ ਦੇ। ਗੁਰਜੀਤ ਸਿੰਘ ਪੁੱਤਰ ਸਵਰਨ ਸਿੰਘ। ਲੜਕਾ ਕਿਹੜੀ ਕਾਰਵਾਈ ਕਰ ਰਿਹਾ ਜੀ? 29 ਸਾਲ ਦਾ। ਉਹ ਪਰਚਾ ਦਰਜ ਕਰਤਾ ਜੀ 306/34 IPC ਤੇ। ਚੰਗਾ ਜੀ। ਮਨਿੰਦਰ ਜੀ, ਦਿਓ ਜਾਣਕਾਰੀ ਜਿਹੜਾ ਸਿਵਲ ਹਸਪੀਟਲ ਪਹੁੰਚਿਆ, ਕੀ ਪਾਣਾ ਵਰਤਿਆ, ਕੀ ਗੱਲ? ਇਹ ਕਮਲਪ੍ਰੀਤ ਸਿੰਘ ਮੇਰਾ ਭਤੀਜਾ ਜੀ, ਇੱਕ ਮਹੀਨਾ ਪਹਿਲਾਂ ਡੁਬਈ ਤੋਂ ਆਇਆ ਜੀ। ਡੁਬਈ ਸੀਗਾ ਟਰਾਲਾ ਚਲਾਉਂਦਾ, ਇਹਦਾ ਵਿਆਹ ਸੀਗਾ 7 ਜਨਵਰੀ ਨੂੰ ਇਹਦਾ ਵਿਆਹ ਹੋਇਆ ਸਿਮਰਨਜੀਤ ਪ੍ਰੀਤ ਕੌਰ ਲੜਕੀ ਦੇ ਨਾਲ। ਅਤੇ ਉਸ 3 ਦਿਨ ਹੋ ਰਹੀ ਹੈ ਸਾਡੇ ਕੋਲ ਇੱਥੇ ਜੀ, ਦੋ ਦਿਨ 7, 8 ਅਤੇ 9। ਅਤੇ ਉਸਦਾ ਕੋਈ ਦੂਜਾ ਪਹਿਲਾਂ ਕੋਈ ਸੰਬੰਧ ਸੀਗੇ ਪਹਿਲਾਂ ਵਿਆਹ ਤੋਂ ਲੜਕਿਆਂ ਦੇ ਨਾਲ, ਉਸ ਕਰਕੇ ਉਸਦੇ ਸਾਡੇ ਮੁੰਡੇ ਨੂੰ ਪਤਾ ਲੱਗਾ ਜੀ। ਉਹ ਬਹੁਤ ਟੈਨਸ਼ਨ 'ਚ ਆਇਆ, ਉਸਨੇ ਆਪਦੀ ਸੱਸ ਨੂੰ ਦੱਸਿਆ। ਸੱਸ ਨੇ ਉਹਨਾਂ ਨੇ ਗੱਲ ਨਹੀਂ ਸਮਝਿਆ ਗੱਲ ਕਿ ਉਹ ਆਪਦੀ ਨਾਲ ਲੈ ਗਏ ਲੜਕੀ ਨੂੰ। ਉਹ ਟੈਨਸ਼ਨ ਦੇ ਵਿੱਚ 18 ਤਰੀਕ ਨੂੰ ਗਿਆ ਆਪਦੇ ਸਹੁਰਿਆਂ ਦੇ ਪਿੰਡ, ਜਾ ਕੇ ਉਹਨਾਂ ਨੂੰ ਕਿਹਾ ਕਿ ਇਹਨੂੰ ਸਿਮਰਨ ਨੂੰ ਮੇਰੇ ਨਾਲ ਤੋਰੋ, ਪਰ ਉਹਨਾਂ ਨਹੀਂ ਤੋਰਿਆ। ਉਹਨੇ ਕਿਹਾ ਕਿ ਮੈਂ ਕੁਛ ਖਾ ਕੇ ਮਰ ਜਾਣਾ। ਉਹਨੇ ਖਾ ਕੇ ਤੂੰ, ਸੱਸ ਕਹਿੰਦੀ ਕਿ ਤੂੰ ਖਾ ਕੇ ਨਹੀਂ ਮਰ ਸਕਦਾ। ਉਹ 18 ਨੂੰ ਆਇਆ ਜੀ, ਆਣ ਕੇ ਇੰਨੇ ਉਦਾਸ ਸੀਗਾ, 19 ਨੂੰ ਉਹਨੇ ਲਵਾਸ ਦੀਆਂ ਗੋਲੀਆਂ ਖਾ ਲਈਆਂ ਜੀ। ਕਿਹੜਾ ਪਿੰਡ ਜੀ? ਕਿੱਥੇ ਵਿਆਹ ਹੋਇਆ ਸੀਗਾ ਮੁੰਡਾ? ਪਿੰਡ ਜੀ ਬੁਰਜ ਵਿਆਹ ਸੀ, ਤਰਨ ਪੱਟੀ ਦੇ ਲਾਗੇ ਜੀ। ਮੁੰਡੇ ਦਾ ਕਿਹੜਾ ਪਿੰਡ ਹੈ ਜੀ? ਮੁੰਡੇ ਦਾ ਪਿੰਡ ਮੰਦਰ ਹੈ ਜੀ, ਜਿਹੜਾ ਮੋਗਾ ਜੀ। ਹਾਂਜੀ, ਮੰਦਰ। ਬਾਬਾ ਅਗੋਰੀ ਨਾਥ, ਭਗਤੀ ਦੀ ਸ਼ਕਤੀ ਹੈ ਮੇਰੇ ਕੋਲ, ਵਸ਼ੀਕਰਨ ਅਤੇ ਮੁਟਕਰਨੀ ਦੇ ਬੇਤਾਜ ਬਾਦਸ਼ਾਹ ਬਾਬਾ ਅਗੋਰੀ ਨਾਥ। ਮੇਰੇ ਕਿਤੇ ਕੰਮ ਨੂੰ ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ, ਸਮੱਸਿਆ ਚਾਹੇ ਜਿੱਦਾਂ ਦੀ ਵੀ ਹੋਵੇ, ਜੜ ਤੋਂ ਖਤਮ। ਪਿਆਰ ਚ ਧੋਖਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਕਾਰੋਬਾਰ ਚ ਘਾਟਾ, ਨੌਕਰੀ ਦੀ ਸਮੱਸਿਆ, ਜ਼ਿੰਦਗੀ ਦੀ A to Z ਹਰ ਸਮੱਸਿਆ ਦੇ ਸਮਾਧਾਨ ਲਈ ਇੱਕ ਵਾਰ ਫੋਨ ਜ਼ਰੂਰ ਕਰੋ ਬਾਬਾ ਅਗੋਰੀ ਨਾਥ। ਮੋਬਾਈਲ ਨੰਬਰ 9815705376।